ਪਹਿਲਾਂ ਵੀ ਮਾਰ ਲਾ ਪੁੱਤਰਾ, ਚੋਣ ਵਿੱਚ ਖੁਲਾਮ ਦੇ ਇੱਕ ਰਿਪੋਰਟ ਆ ਕਿ ਕਿੱਥੇ ਕਿੱਥੇ ਪਾਕਿਸਤਾਨ ਦੇ ਪਲੇਅਰਾਂ ਨੇ ਫਿਕਸਿੰਗ ਕੀਤੀ ਅਤੇ ਕਿੱਦਾਂ ਕਿੱਦਾਂ ਹੋਇਆ, ਸਾਰੀ ਰਿਪੋਰਟ ਆ ਮੈਂ ਤੁਹਾਨੂੰ ਦਿਖਾਉਂਦਾ ਉਹ ਜਗ੍ਹਾ ਵੀ ਜਿੱਥੇ ਪਾਕਿਸਤਾਨ ਦੇ ਪਲੇਅਰ ਪੈਸੇ ਲੈਂਦੇ ਫੜੇ ਗਏ ਆ, ਡਾਇਰੈਕਟ ਪੈਸੇ ਲੈ ਰਹੇ ਸੀ ਭੈਣ ਦੇ ਯਾਰ ਇਹ ਪੂਰੇ ਥੱਲੇ ਸਾਲੇ, ਮੈਂ ਤੁਹਾਨੂੰ ਦਿਖਾਉਣਾ ਦੇਖੋ ਆਹ ਆਇਆ ਕੋਠੀ, ਉਹ ਜਿਹੜੀ ਕਿ ਮਾਜੀ ਤੇ ਜਿਹੜਾ ਬੰਦਾ ਆ ਉਹਦੀ ਆ, ਇਹਦੀ ਕੋਠੀ ਚ ਸਲਮਾਨ ਭੱਟ ਅਮੀਰ ਹੁਣੀ ਗਏ ਸੀ ਤੇ ਆਪਣੇ ਭੈਣਾਂ ਦੇ ਪੁੱਤ ਦੇ ਘਰ ਜੇ ਸੌਦੇ ਕਰ ਰਹੇ ਸੀ ਉੱਥੇ, ਤੇ ਉੱਥੇ ਪੁਲਿਸ ਦੀ ਪਰੇਡ ਪੈ ਗਈ, ਇਹ ਫੜੇ ਗਏ ਭੈਣ ਦੇ ਲੋੜੇ ਥੱਲੇ, ਇਹਨਾਂ ਨੇ ਚੰਗਾ ਪਾਕਿਸਤਾਨ ਦਾ ਨਾਮ ਖਰਾਬ ਕੀਤਾ ਹੈ, ਤਾਂ ਸਾਲੇ ਆਪਣੀ ਮਾਂ ਦੇ ਪੁੱਤ ਵੀ ਉੱਥੇ ਫਿਕਸ ਕਰ ਰਹੇ ਹੋਏ ਸੀ ਇਹਨਾਂ ਨੇ, ਪਰ ਉਹਦਾ ਟਾਈਮ ਤੇ ਇੰਗਲੈਂਡ ਦੀ ਪੁਲਿਸ ਨੇ ਉੱਥੇ ਰੇਡ ਪਾ ਦਿੱਤੀ। ਆਹ ਦੇਖੋ ਆ ਕੋਠੀ ਦੀ ਕਾਫੀ ਸਿਕਿਉਰਿਟੀ ਲੱਗੀ ਹੋਈ ਹੈ, ਇੱਥੇ ਦੇਖੋ ਇੱਥੇ ਪਾਕਿਸਤਾਨ ਦਾ ਝੰਡਾ ਵੀ ਲੱਗਿਆ, ਵਿੱਚ ਪਾਕਿਸਤਾਨੀ ਪਲੇਅਰ ਆਪਣੇ ਭੈਣਾਂ ਤੇ ਆਪਣੀ ਮਾਵਾਂ ਦੇ ਫੁੱਦੇ ਦੇ ਸੌਦੇ ਕਰਦੇ ਆ, ਸਾਰਾ ਕੁਝ ਦੇਖੋ ਤੁਹਾਡੇ ਮੂਹਰੇ ਸਬੂਤ ਸਾਰੇ, ਪਿੱਛੇ ਆ ਲੱਗੇ ਜਿਹੜੇ ਬੰਬ, ਇਹਨਾਂ ਵਿੱਚ ਲਿਖਿਆ ਹੋਇਆ ਹੈ ਪਾਕਿਸਤਾਨ ਦੇ ਬੰਦੇ ਇੱਥੇ ਮੁੰਡ ਮਰਾਉਂਦੇ ਆ, ਦੇਖੋ ਕੋਠੀ, ਜਿਵੇਂ ਤੁਹਾਨੂੰ ਪਹਿਲਾਂ ਵੀ ਦਿਖਾਈ ਆਹੀ ਕੋਠੀ ਹੈ ਜਿੱਥੇ ਪਾਕਿਸਤਾਨੀ ਪਲੇਅਰ ਆਪਣੀ ਭੈਣਾਂ ਤੇ ਫੁੱਦੇ ਇਨਫੈਕਸ਼ਨ ਕਰ ਰਹੇ ਸੀ, ਤੇ ਨਾਲੇ ਇੰਗਲੈਂਡ ਦੇ ਬੰਦਿਆਂ ਨੂੰ ਖੁਸ਼ ਕਰਨ ਲਈ ਅੰਦਰ ਇੱਥੇ ਇੱਕ ਮੀਟਿੰਗ ਚੱਲ ਰਹੀ ਸੀ। ਔਰ ਦੇਖ ਲੈ ਨਾ ਤੁਸੀਂ, ਤੁਹਾਨੂੰ ਲੱਗ ਗਿਆ ਪਤਾ ਇਹ ਕੀ ਕੰਮ ਕਰਦੇ ਆ ਪਾਕਿਸਤਾਨ ਦੇ, ਦੇਖੋ ਇੱਕ ਰਿਪੋਰਟ ਹੈ ਮੈਂ ਦੱਸਦਾ, ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਕਿ ਰਾਵਲਪਿੰਡੀ ਤੋਂ ਜਿਹੜਾ ਜਹਾਜ਼ ਅਮੀਰਨਾਥ ਇੱਕ ਦੱਲਾ ਆ ਏਜੰਟਾ, ਉਹ ਵੀ ਇੰਗਲੈਂਡ ਦੇ ਵਿੱਚ ਗਿਆ ਸੀ ਤੇ ਉਹਨੇ ਵੀ ਉੱਥੇ ਜਾ ਕੇ ਡੀਲ ਕਰਾਉਣ ਦੀ ਕੋਸ਼ਿਸ਼ ਕੀਤੀ ਮਜੀਦ ਨਾਲ ਮਿਲ ਕੇ, ਪਰ ਜਿਹੜਾ ਸਲਮਾਨ ਭੱਟ ਕੈਪਟਨ ਸੀ ਉਹਦੀ ਭੈਣ ਉੱਥੇ ਰਹਿ ਗਈ ਤੇ ਉਹ ਹੌਸਲਾ ਭੱਜਿਆ ਆ, ਸਾਰਾ ਰਿਪੋਰਟ ਦੇ ਵਿੱਚ ਲਿਖਿਆ, ਮੈਂ ਤੁਹਾਨੂੰ ਡਿਟੇਲ ਚ ਬਾਅਦ ਚ ਦੱਸਦਾ। ਬਾਕੀ ਪਾਕਿਸਤਾਨ ਦੀ ਗੰਢ ਮਾਰਨ ਦਾ ਉਹਨਾਂ ਦਾ ਮਕਸਦ ਪਤਾ ਕੀ ਸਿੱਖ ਹੋ ਰਿਹਾ, ਇਹਦੇ ਵਿੱਚ ਬੜੀ ਇੰਪੋਰਟੈਂਟ ਗੱਲ ਜਿਹੜੀ ਲਿਖੀ ਆ ਕਿ ਇਹਦੇ ਪਿੱਛੇ ਵੀ ਕਹਿੰਦੇ ਇੰਡੀਅਨ ਰਾਜ ਦਾ ਹੱਥ ਆ, ਜਿਹੜੀ ਇੰਡੀਅਨ ਰਾਜ ਆ ਉਹ ਚਾਹੁੰਦੇ ਸੀ ਕਿ ਪਾਕਿਸਤਾਨੀ ਪਲੇਅਰ ਆਪਣੇ ਭੈਣਾਂ ਦੇ ਫੋਟੋ ਦੀ ਫਿਕਸਿੰਗ ਕਰਨ ਤੇ ਇਹਨਾਂ ਦਾ ਨਾਮ ਪਾਵਨ ਨਾਮ ਕਰੀਏ, ਇਹ ਸਾਰੀ ਜਿਹੜੀ ਸਾਜਿਸ਼ ਆ ਬਹੁਤ ਤਰਤੀਬ ਨਾਲ ਰਚੀ ਗਈ ਆ, ਪੂਰਾ ਐਨ ਡਿਟੇਲ ਨਾਲ ਮੈਂ ਤੁਹਾਨੂੰ ਸਮਝਾਉਣਾ। ਇਹ ਤਾਂ ਭੈਣ ਚੋਦਾ ਦੇਖੋ ਰਿਪੋਰਟ ਚ ਲਿਖਿਆ ਵੀ ਸਾਡੀ ਪੂਰੀ ਗੁੰਡ ਬਣਨ ਦੀ ਯੋਜਨਾ ਸੀਗੀ, ਉਹ ਤਾਂ ਟਾਈਮ ਤੇ ਇੰਗਲੈਂਡ ਦੀ ਪੁਲਿਸ ਪਹੁੰਚ ਗਈ, ਨਹੀਂ ਤਾਂ ਇਸ ਤਰ੍ਹਾਂ ਨਹੀਂ ਉਹਨਾਂ ਨੂੰ ਪਾਕਿਸਤਾਨ ਦੇ ਪਲੇਅਰਾਂ ਨੇ ਸਾਡੀਆਂ ਚੰਗੀਆਂ ਹੋਰ ਧੀਆਂ ਭੈਣਾਂ ਦੀ ਫੁੱਦੀ ਇੱਥੇ ਪੜਵਾਉਣੀ ਸੀ, ਮਾਝੇ ਚੜੀਆਂ ਬੈਠੀਆਂ ਹੁੰਦੀਆਂ ਆਪਣੀ ਭੈਣਾਂ ਬੁੱਲੇ ਚੋਏ ਤੇ ਲੁੱਲੇ ਜਿਹੜੇ ਸਾਰੇ ਜਿਕਟ ਬੁੱਲੇ, ਇਹ ਚੰਗੀ ਸਾਜਿਸ਼ ਉਹਨੂੰ ਕੀਤੀ ਪਾਕਿਸਤਾਨ ਦੀ ਜਾਨ ਮਾਰਨ ਦੀ, ਪਰ ਇਹ ਸਾਜਿਸ਼ ਹੈ ਸਫਲ ਹੈ, ਸ਼ੁਕਰ ਇੰਗਲੈਂਡ ਦੀ ਪੁਲਿਸ ਆ ਵੀ ਬਚ ਗਏ, ਆ ਜਾ ਤੁਹਾਨੂੰ ਥੱਲੇ ਤੇ ਸ਼ਵਾ ਨਾ ਕਰੋ, ਇਹ ਭੈਣ ਤਾਂ ਲੜਾ ਝੂਠ ਬੋਲਦਾ ਉੱਧਰ ਬੈਠਾ ਸਾਲ ਮੈਨੂੰ ਵੱਜਾ ਮਾਰੀ ਜਾਂਦਾ, ਚੱਲ ਚੰਗਾ ਚੱਲ ਮੈਂ ਚੱਲਦਾ ਹੱਲਾ ਦੀ ਮਾਤਾ ਖੁਦ ਹੱਲਾ ਬੱਲਾ ਪਾਕਿਸਤਾਨ ਦੀ ਗਾਂਢ ਚ ਰੱਲਾ।